ਇਹ ਹਾਲ ਅੱਜ ਕੱਲ ਪੰਜਾਬ ਦਾ ਬਣਿਆ ਹੋਇਆ ਹੈ। ਆਮ ਲੋਕਾਂ ਤੇ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਸ਼ਰੇਆਮ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਹ ਤਸਵੀਰਾਂ ਅੰਮ੍ਰਿਤਸਰ ਵਿੱਚ ਵੇਰਕਾ ਬਾਈਪਾਸ ਤੇ ਇੱਕ ਫਾਰਮੇਸੀ ਦੁਕਾਨ ਦੀਆਂ ਨੇ। ਇੱਥੇ ਪਿਸਤੌਲ ਦੀ ਨੋਕ ਤੇ ਤਿੰਨ ਲੁਟੇਰਿਆਂ ਨੇ 50,000 ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਲੁੱਟ ਦੀ ਇਹ ਪੂਰੀ ਵਾਰਦਾਤ CCTV ਵਿੱਚ ਕੈਦ ਹੋ ਗਈ। ਤਿੰਨੇ ਲੁਟੇਰੇ ਦੁਕਾਨ ਵਿੱਚ ਆਉਂਦੇ ਨੇ। ਇਸ ਤੋਂ ਬਾਅਦ ਦਾ ਪੂਰਾ ਘਟਨਾਕ੍ਰਮ ਤੁਸੀਂ ਵੇਖੋ ਅਤੇ ਧਿਆਨ ਨਾਲ ਲੁਟੇਰਿਆਂ ਦੇ ਮੂੰਹੋਂ ਨਿਕਲ ਰਿਹਾ ਇੱਕ ਇੱਕ ਸ਼ਬਦ ਵੀ ਸੁਣੋ। ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਉਹ ਕਿੰਨੇ ਬੇਖੌਫ ਨੇ। ਜਾਂਦੇ ਹੋਏ ਧਮਕੀ ਵੀ ਦੇਗੇ, ਸ਼ਿਕਾਇਤ ਕਰਨ ਦੀ ਸੂਰਤ ਵਿੱਚ ਨਤੀਜੇ ਭੁਗਤਣ ਦੀ ਚੇਤਾਵਨੀ। ਠੀਕ ਆ, ਇੱਕ ਵੀ ਵੀਡੀਓ ਤੁਸੀਂ ਨਿਕਲ ਗਈ ਨਾ, ਤੁਹਾਨੂੰ ਮੈਂ DVR ਵੀ ਲੈਣਾ ਆਇਆ ਸੀ ਉਹ ਸਮਝ ਕੇ। ਠੀਕ ਆ, ਜਿੱਦਣ ਕੰਪਲੇਂਟ ਹੋ ਗਈ ਉਹਦੇ ਦਿਨ ਲੱਤਾਂ ਫਾੜ ਦੇਣੀਆਂ ਫਿਰ।